ਕਿਰਨ ਕੀ ਕਰਦੀ ਆ ਕੀ ਨਹੀਂ ਕਰਦੀ ਇਹ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗੂਗਾ। ਹੁਣ ਜਦ ਮਾਮਾ ਧੀਆਂ ਉੱਥੇ ਰੋਟੀ ਲਾਉਂਦੀਆਂ ਹੋਣਗੀਆਂ ਨਾ, ਮੇਰਾ ਤਾਂ ਉਹਨਾਂ ਕੋਲ ਜਾਣ ਨੂੰ ਉਈ ਨਹੀਂ ਜੀ ਕਰਨਾ। ਉਹ ਤਾਂ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੀ, ਸਾਰਾ ਟੱਬਾ ਡਰਦਾ ਉਹ ਤੋਂ। ਆਪਣੇ ਘਰ 'ਚ ਨਾ ਦੋ ਕੁੜੀਆਂ ਨੇ, ਠੀਕ ਆ, ਮੈਂ ਉਹਦੀ ਕੁੜੀ ਦਾ ਨਹੀਂ ਤੇਰੀ ਕੁੜੀ ਦਾ ਰਿਸ਼ਤਾ ਲੈ ਕੇ ਆਈ ਆ। ਤੈਨੂੰ ਅਕਲ ਤੇ ਅਕਲ ਜਾੜ ਦੋਨੇ ਸਹੁਰੇ ਜਾ ਕੇ ਆਣਗੀਆਂ। ਮੰਮੀ ਤੁਸੀਂ ਮੈਨੂੰ ਦੱਸੋ ਤਾਂ ਸਹੀ ਵੀ ਆਪਾਂ ਜਾਣਾ ਕਿੱਥੇ ਆ? ਤੁਸੀਂ ਸਵੇਰੇ ਸਵੇਰੇ ਉੱਠ ਕੇ ਤਿਆਰ ਹੋਣ ਨੂੰ ਕਹਿਤਾ, ਰੋਟੀ ਵੀ ਨਹੀਂ ਖਾਣ ਦਿੱਤੀ। ਉਹ ਰੋਟੀ ਨੂੰ ਕੀ ਹੈ ਪੁੱਤ, ਅੱਗੇ ਤੈਨੂੰ ਮੈਂ ਰੋਟੀ ਤੋਂ ਬਿਨਾਂ ਜਾਣ ਦਿੰਦੀ ਹਾਂ, ਰੋਟੀ ਉੱਥੇ ਖਾ ਲਈ, ਪਰ ਜਾਣਾ ਜ਼ਰੂਰੀ ਹੈ। ਉਹ ਮੰਮੀ ਮੈਂ ਇਹੀ ਤਾਂ ਪੁੱਛਦੀ ਪਈ ਹਾਂ ਵੀ ਜਾਣਾ ਕਿੱਥੇ ਆ? ਉਹ ਤੇਰੀ ਸਹੇਲੀ ਦੇ ਘਰੇ ਜਾਣਾ, ਉਹ ਪਾਪਾ ਤੇਰੇ ਤੇਰੀ ਸਹੇਲੀ ਦੇ ਘਰ ਛੱਡਣ ਚੱਲੇ ਆ ਤੈਨੂੰ। ਮੇਰੀ ਸਹੇਲੀ ਦੇ ਘਰੇ? ਕਿਹੜੀ ਸਹੇਲੀ ਦੇ ਘਰੇ, ਕਿਉਂ ਛੱਡਣ ਚੱਲੇ ਆ? ਮਨਮੀਤ ਦੇ ਘਰੇ ਛੱਡਣ ਚੱਲੇ ਆ ਤੈਨੂੰ, ਉਹਦੀ ਮੰਮੀ ਨਾਲ ਵੀ ਗੱਲ ਹੋਈ ਆ ਸਾਡੀ। ਮਨਮੀਤ ਦੇ ਘਰੇ? ਮੰਮੀ ਮਨਮੀਤ ਦੇ ਘਰੇ ਕਿਉਂ ਜਾਣਾ? ਉਹ ਮੈਨੂੰ ਕੱਲ ਤਾਂ ਮਿਲੀ ਆ ਹਜੇ। ਜੇ ਕੱਲ ਮਿਲੀ ਸੀ ਨਾ, ਫਿਰ ਅੱਜ ਦੁਬਾਰਾ ਮਿਲ ਲਾ, ਐਵੇਂ ਮੇਰੇ ਨਾਲ ਬੈਸੀ ਨਾ ਜਾ, ਕਿਸੇ ਗੱਲ ਤੋਂ ਹੀ ਤੈਨੂੰ ਕਹਿ ਰਹੀ ਆ। ਮੰਮੀ ਇਹ ਤਾਂ ਸ਼ਰੇਆਮ ਧੱਕਾ, ਮੈਂ ਜਾਣਾ ਨਹੀਂ ਚਾਹੁੰਦੀ ਤੇ ਤੁਸੀਂ ਮੈਨੂੰ ਉਹੀ ਭੇਜੀ ਜਾਂਦੇ ਹੋ। ਉਹ ਹੋ ਗਈ ਤਿਆਰ ਕੁੜੀਏ, ਚੱਲ ਫਿਰ ਆਪਾਂ ਚੱਲੀਏ, ਉਧਰੋਂ ਵੀ ਫੋਨ ਆਈ ਜਾਂਦੇ ਆ। ਅੱਛਾ, ਟਾਈਮ ਵੀ ਹੋ ਗਿਆ ਨਾ, ਚੱਲ ਚੱਲ ਕੁੜੀਏ ਜਾ ਤੂੰ ਹੁਣ ਚੱਲ। ਡੈਡੀ ਮੰਮੀ ਤਾਂ ਮੈਨੂੰ ਦੱਸਦੇ ਨਹੀਂ ਪਏ ਹੈਗੇ, ਤੁਸੀਂ ਦੱਸ ਦਿਓ ਵੀ ਮੇਰੇ ਨਾਲ ਧੱਕਾ ਕਾਹਤੇ ਕਰੀ ਜਾਂਦੇ ਹੋ? ਮੈਂ ਨਹੀਂ ਜਾਣਾ ਚਾਹੁੰਦੀ ਫਿਰ ਵੀ ਮੈਨੂੰ ਭੇਜੀ ਜਾਂਦੇ ਹੋ। ਉਹ ਪੁੱਤ, ਧੱਕੇ ਵਾਲੀ ਕੋਈ ਗੱਲ ਨਹੀਂ ਹੈਗੀ, ਬਸ ਤੂੰ ਇਹ ਸਮਝ ਤੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਉਹ ਤੈਨੂੰ ਤੇਰੇ ਤਾਈ ਦੇ ਸਵਾਲ ਦਾ ਤਾਂ ਪਤਾ ਹੀ ਆ, ਉਹ ਅੱਜ ਨਾ ਕਿਰਨ ਨੂੰ ਦੇਖਣ ਵਾਲੇ ਆਉਂਦੇ ਆ, ਬਸ ਉਹਦਾ ਰਿਸ਼ਤਾ ਹੋ ਜਾਵੇ, ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਉਹ ਮਾੜੀ ਜਿਹੀ ਕੋਈ ਗੱਲ ਹੋ ਗਈ ਨਾ, ਉਹਨਾਂ ਨੇ ਤੇਰਾ ਨਾਂ ਲੈ ਜਾਣਾ, ਇਹ ਸਾਡੇ ਤੋਂ ਬਰਦਾਸ਼ਤ ਨਹੀਂ ਹੋਣਾ, ਇਸ ਕਰਕੇ ਤੈਨੂੰ ਉੱਥੇ ਛੱਡਣ ਚੱਲੇ ਆ ਬਸ। ਉਹ ਡੈਡੀ ਜੀ ਇਹੀ ਗੱਲ ਆ, ਤੁਸੀਂ ਮੈਨੂੰ ਛੱਡਣ ਕਾਹਤੇ ਜਾਣਾ? ਮੈਂ ਉਹਨਾਂ ਦੇ ਸਾਹਮਣੇ ਜਾਂਦੀ ਨਹੀਂ, ਮੈਂ ਘਰੇ ਹੀ ਰਹਿ ਪਊਂਗੀ, ਮੈਂ ਕਮਰੇ 'ਚ ਹੀ ਨਹੀਂ ਬਾਹਰ ਨਿਕਲਦੀ। ਉਹ ਮਨਪ੍ਰੀਤ ਕਿਉਂ ਜਿੱਦਾਂ ਕਰਦੀ ਹੁੰਦੀ ਆ, ਉਹ ਤੇਰੇ ਮੂਹਰੇ ਮੇਰੇ ਹੱਥ ਬੰਨੇ, ਹੁਣ ਦੇ ਅਸੀਂ ਸਾਰੇ ਜਣੇ ਬਾਹਰ ਬੈਠੇ ਹੋਵਾਂਗੇ, ਹੁਣ ਤੂੰ ਘਰੇ ਬੈਠੀ ਹੋਵੋਂਗੇ, ਉਹ ਸਾਡੇ ਦਿਲ 'ਤੇ ਕੀ ਬੀਤੂਗੀ? ਉਹ ਕਮ ਸੇ ਕਮ ਅਸੀਂ ਕਹਿ ਤਾਂ ਸਕਦੇ ਹਾਂ ਵੀ ਕੁੜੀ ਸਾਡੀ ਕਿਸੇ ਆਪਦੀ ਸਹੇਲੀ ਦੇ ਘਰੇ ਗਈ ਹੋਈ ਆ। ਆਹ ਚੰਗੀ ਗੱਲ ਆ ਡੈਡੀ, ਉਹ ਰਿਸ਼ਤਾ ਉਹਦਾ ਹੋਣਾ, ਘਰੋਂ ਤੁਸੀਂ ਮੈਨੂੰ ਭੇਜੀ ਜਾਂਦੇ ਹੋ, ਤੁਸੀਂ ਸਮਝਦੇ ਕਿਉਂ ਨਹੀਂ? ਉਹਦੀ ਕਿਸਮਤ ਉਹਦੇ ਨਾਲ ਆ, ਮੇਰੀ ਕਿਸਮਤ ਮੇਰੇ ਨਾਲ ਆ। ਉਹ ਚੱਲ ਹੁਣ ਮੈਨੂੰ ਨਾ ਸਮਝਾ, ਬਸ ਜਿਹੜੀ ਗੱਲ ਕਹੀ ਆ ਨਾ ਉਹ ਮੰਨ ਤੂੰ, ਬਸ ਚੱਲ ਹੁਣ ਮੇਰੇ ਨਾਲ। ਮੰਮੀ ਜੋੜੀ ਤਾਂ ਦੋਨਾਂ ਦੀ ਸੋਹਣੀ ਲੱਗਦੀ ਹੈ ਨਾ। ਮਾੜਾ ਜਿਹਾ ਮੇਰੇ ਨਾਲ ਅੰਦਰ ਆਇਓ, ਗੱਲ ਕਰਾਂ ਤੁਹਾਡੇ ਨਾਲ, ਮੂੰਹ ਬਣਾ ਕੇ ਬੈਠੇ ਆਉਂਦੇ ਹਾਂ ਅਸੀਂ, ਇੱਕ ਮਿੰਟ। ਹਾਂ ਦੱਸ ਕਿਉਂ ਬੁਲਾਇਆ ਅੰਦਰ? ਤੁਹਾਨੂੰ ਨਹੀਂ ਪਤਾ ਮੈਂ ਕਿਉਂ ਬੁਲਾਇਆ? ਤੁਹਾਨੂੰ ਕੀ ਲੱਗਦਾ ਮੈਨੂੰ ਦਿਖਦਾ ਨਹੀਂ ਪਿਆ? ਕੀ ਗੱਲ, ਮੂੰਹ ਕਾਹਤੇ ਬਣਾਇਆ ਹੋਇਆ? ਨਾਲੇ ਮੈਂ ਦੇਖਦਾ, ਨਾਲੇ ਸਾਰੇ ਜਣੇ ਦੇਖਦੇ ਆ ਵੀ ਕੁੜੀ ਦੀ ਮਾਂ ਨੂੰ ਕੁਛ ਹੋਇਆ ਹੋਇਆ, ਮੂੰਹ ਸੁੱਜਿਆ ਪਿਆ, ਕੀ ਗੱਲ ਆ ਹੁਣ ਦੱਸੋਗੇ? ਉਹ ਜਿੱਦਾਂ ਬੈਠਣਾ ਉੱਕੜੇ ਬੈਠੀ ਆ, ਮੇਰੇ ਮੂੰਹ ਨੂੰ ਕੀ ਹੋਇਆ?
ਮੰਮੀ ਜਿਹੜੇ ਆਏ ਹੋਏ ਨੇ ਅਗਲੇ ਅੰਨੇ ਨੇ, ਉਹਨਾਂ ਨੂੰ ਦੇਖਦਾ ਨਹੀਂ ਪਿਆ ਹੈਗਾ ਵੀ ਕੁੜੀ ਦੀ ਮਾਂ ਮੂੰਹ ਬਣਾ ਕੇ ਬੈਠੀ ਆ। ਤੁਹਾਡੇ ਅਤੇ ਕਿਰਨ ਦੇ ਨਾਲ ਗੱਲ ਹੋਣ ਤੋਂ ਬਾਅਦ ਹੀ ਗੱਲ ਅੱਗੇ ਵਧੀ ਸੀਗੀ, ਜੇ ਹੁਣ ਤੁਸੀਂ ਐਂ ਕਰੋਗੇ ਫਿਰ ਗੱਲ ਚੰਗੀ ਨਹੀਂ ਹੈਗੀ। ਉਹ ਯਾਰ ਤੁਸੀਂ ਅਗਲਿਆਂ ਦੇ ਸਾਹਮਣੇ ਜਲੂਸ ਕੱਢੀ ਜਾਂਦੇ ਹੋ ਮੂੰਹ ਜਿਹਾ ਬਣਾ ਕੇ। ਉਹ ਮੈਂ ਕੋਈ ਮੂੰਹ ਨਹੀਂ ਬਣਾਇਆ ਹੈਗਾ, ਰਿਸ਼ਤੇ ਤਾਂ ਮੈਂ ਪੂਰੀ ਖੁਸ਼ ਹਾਂ, ਜਿੱਥੇ ਮੇਰੀ ਧੀ ਖੁਸ਼ ਆ ਉੱਥੇ ਸਾਰੇ ਖੁਸ਼ ਨੇ। ਨਾਲੇ ਤੂੰ ਉਹ ਚਾਚਾ ਚਾਚੀ ਨੂੰ ਕਿਉਂ ਬੁਲਾਇਆ? ਮੇਰਾ ਤਾਂ ਕਰਕੇ ਮੂੰਹ ਬਣਿਆ ਹੋਇਆ। ਅੱਛਾ, ਤਾਂ ਮੂੰਹ ਤੁਹਾਡਾ ਤਾਂ ਬਣਿਆ ਹੋਇਆ ਵੀ ਚਾਚਾ ਚਾਚੀ ਕਿਉਂ ਬੈਠੇ ਨੇ? ਮੰਮੀ ਪਹਿਲੀ ਗੱਲ, ਚਾਚਾ ਚਾਚੀ ਜੀ ਨੂੰ ਮੈਂ ਨਹੀਂ ਕਿਹਾ ਆਉਣ ਵਾਸਤੇ, ਭੂਆ ਨੇ ਕਿਹਾ। ਦੂਜੀ ਗੱਲ, ਜੇ ਚਾਚਾ ਚਾਚੀ ਜੀ ਬੈਠੇ ਨੇ ਇਹਦੇ ਵਿੱਚ ਮੂੰਹ ਬਣਾਉਣ ਵਾਲੀ ਕਿਹੜੀ ਗੱਲ ਆ? ਸਮਾਂ ਕਿ ਅਗਲੇ ਸਾਹਮਣੇ ਆਪਣਾ ਏਕਾ ਦੇਖਦਾ। ਪਰ ਤੁਸੀਂ ਕੀ, ਤੁਸੀਂ ਮੈਨੂੰ ਨਹੀਂ ਸੀ ਪਤਾ ਵੀ ਆ ਕਰਿਆ ਧਰਿਆ ਤੇਰੀ ਭੂਆ ਦਾ, ਤੇਰੀ ਭੂਆ ਨਾਲ ਤਾਂ ਮੈਂ ਬਾਅਦ 'ਚ ਗੱਲ ਕਰਦੀ ਹਾਂ। ਹੁਣ ਭੂਆ ਦੇ ਮਗਰ ਪੈ ਜਾ, ਤੂੰ ਕਿਸੇ ਰਿਸ਼ਤੇਦਾਰ ਨਾਲ ਤਾਂ ਵਰਤ ਲੈਣ ਦੇ ਮੰਮੀ, ਕਿਉਂ ਐਂ ਕਰਦੀ ਆ? ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ, ਤੈਨੂੰ ਮੁੰਡਾ ਸਹੀ ਲੱਗਦਾ ਨਾ ਕਿਰਨ ਵਾਸਤੇ? ਬੋਲ। ਆਹੋ, ਜੇ ਸਹੀ ਹੈ ਨਾ ਫਿਰ ਉੱਥੇ ਜਾ ਕੇ ਚੁੱਪ ਚਾਪ ਬੈਠ, ਹੱਸ ਕੇ ਦਿਖਾ, ਆਪਣੇ ਮੂੰਹ ਦੇ ਉੱਤੇ ਕੋਈ ਨਮੋਸ਼ੀ ਨਾ ਰੱਖ। ਬੇਇੱਜ਼ਤੀ ਕਰਾਈ ਜਾਂਦੇ ਹੋ, ਥੋੜ੍ਹਾ ਜਿਹਾ ਕੁੜੀ ਵਾਸਤੇ ਹੀ ਖੁਸ਼ ਹੋ ਜਾਓ, ਹੋਰ ਕਿਸੇ ਵਾਸਤੇ ਤਾਂ ਤੁਸੀਂ ਕੀ ਹੋਣਾ। ਕੀ ਹੋਇਆ ਦੇਵ, ਤੇਰੀ ਮਾਂ ਤਾਂ ਅੰਦਰ ਹੀ ਬਹਿ ਗਈ। ਨਹੀਂ ਨਹੀਂ, ਆ ਗਏ, ਕੋਈ ਗੱਲ ਨਹੀਂ ਹੈਗੀ। ਤਾਂ ਦੇਖੋ ਭੈਣ ਜੀ, ਤੁਸੀਂ ਆਪਣੀ ਸਲਾਹ ਦੱਸ ਦਿਓ, ਮੈਨੂੰ ਤਾਂ ਕੁੜੀ ਪਸੰਦ ਆ, ਬਾਕੀ ਮੇਰਾ ਮੁੰਡਾ ਮੇਰੇ ਕਹਿਣੇ ਤੋਂ ਬਾਹਰ ਨਹੀਂ। ਅਸੀਂ ਤਾਂ ਕੁੜੀ ਨਾਲ ਹੀ ਲੈ ਕੇ ਜਾਣੀ ਆ, ਚਾਰ ਛੁੱਟੀਆਂ ਨੇ, ਜਵਾਕ ਇਕੱਠੇ ਰਹਿ ਲੈਣਗੇ। ਉਹ ਇਹ ਵੀ ਗੱਲ ਠੀਕ ਆ ਭਾਈ, ਹੁਣ ਸਰਕਾਰੀ ਨੌਕਰੀ ਆ, ਇਹ 'ਚ ਛੁੱਟੀਆਂ ਵੀ ਘੱਟ ਮਿਲਦੀਆਂ ਨੇ। ਉਹ ਭਾਬੀ ਮੈਂ ਤਾਂ ਕਹਿੰਦੀ ਹਾਂ ਹੁਣ ਦੋਨੋਂ ਪਾਸੇ ਤੁਹਾਡੇ ਰਾਜ਼ੀ ਹੈਗਾ, ਤੁਸੀਂ ਕੁੜੀ ਨੂੰ ਤੋਰ ਦਿਓ। ਭੈਣ ਜੀ, ਮੇਰੀ ਸਲਾਹ ਤਾਂ ਇਹੀ ਸੀ ਵੀ ਮੈਂ ਕੁੜੀ ਦਾ ਵਿਆਹ ਕਰਕੇ ਹੀ ਤੋਰਦੀ। ਜੇ ਹੁੰਦਾ ਤਾਂ ਹੋ ਲੈਣ ਦਿਓ, ਸਾਰੇ ਜਾਣੇ ਇਸ ਟਾਈਮ ਰਾਜ਼ੀ ਆ, ਤੁਸੀਂ ਇਕੱਲੇ ਅੜੇ ਹੋਏ ਆ, ਜਿੱਦਾਂ ਸਾਰੇ ਰਾਜ਼ੀ ਆ ਉਵੇਂ ਚੱਲੋ। ਹੁਣ ਕਹਿ ਦਿਓ ਵੀ ਠੀਕ ਆ, ਕਹਿ ਦਿਓ ਠੀਕ ਹੈ ਜੀ, ਜਿਵੇਂ ਤੁਸੀਂ ਕਹਿੰਦੇ ਹੋ ਮਨਜ਼ੂਰ ਹੈ ਸਾਨੂੰ। ਭਾਬੀ ਤੈਨੂੰ ਵਧਾਈਆਂ ਬਹੁਤ ਬਹੁਤ, ਭੈਣ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ, ਤੁਹਾਨੂੰ ਵੀ ਬੱਚੇ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ। ਚੱਲ ਪੁੱਤ ਆ ਜਾ, ਸਗਨ ਲਾ ਦਈਏ ਆਪਾਂ, ਆ ਜਾਓ ਆ ਜਾਓ ਆ ਜਾਓ, ਪੂਰੇ ਨੂੰ ਹੋ ਜਾ ਪੁੱਤ, ਚਲੋ ਬੈਠੋ। ਕਿੰਨੀ ਸੋਹਣੀ ਜੋੜੀ ਲੱਗਦੀ ਹੈ, ਹੈਨਾ ਭਾਬੀ? ਚੱਲ ਭਾਬੀ ਉੱਠ, ਸ਼ਗਨ ਪਾ। ਉਹ ਰੁਕ ਜਾਓ, ਇੰਨੀ ਵੀ ਕਾਹਲੀ ਕਾਹਲੀ ਹੈ ਸ਼ਗਨ ਪਾਉਣ ਦੀ? ਹਜੇ ਤਾਂ ਕੁੜੀ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ, ਉਹ ਇੰਨੀ ਕਾਹਲੀ ਵੀ ਚੰਗੀ ਨਹੀਂ ਹੁੰਦੀ, ਕੁਝ ਸਵਾਲ ਜਵਾਬ ਤਾਂ ਕਰ ਲੈਣ ਦਿਓ ਮੈਨੂੰ ਕਿਰਨ ਨਾਲ। ਹਾਂ ਹਾਂ ਪੁੱਤ, ਕਰ ਲੈ ਜਿਹੜੀ ਗੱਲ ਕਰਨੀ ਆ। ਪੁੱਤ ਇਹ ਤੇਰੀ ਜਿਠਾਣੀ ਆ। ਕੀ ਗੱਲ, ਮੈਂ ਕੁਛ ਗਲਤ ਕਹਿਤਾ? ਉਹ ਆਖਰ ਨੂੰ ਦਰਾਣੀ ਬਣਨਾ ਇਹਨੇ ਮੇਰੀ, ਇੰਨਾ ਕੁ ਤਾਂ ਹੱਕ ਬਣਦਾ ਮੇਰਾ। ਹਾਂ ਹਾਂ ਪੁੱਤ, ਇੱਕ ਛੱਡ ਭਾਵੇਂ 100 ਗੱਲਾਂ ਕਰ। ਚਲੋ ਠੀਕ ਆ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਕਿਰਨ ਨਾਲ 100 ਗੱਲਾਂ ਕਰ ਲੈਂਦੀ ਹਾਂ, ਪਰ 100 ਗੱਲਾਂ ਸਾਰਿਆਂ ਦੇ ਵਿੱਚ ਬੈਠ ਕੇ ਤਾਂ ਨਹੀਂ ਕਰ ਸਕਦੇ। ਜੇ ਤੁਸੀਂ ਕਹੋ ਤਾਂ ਮੈਂ ਕਿਰਨ ਨਾਲ ਇਕੱਲੇ 'ਚ ਗੱਲ ਕਰ ਸਕਦੀ ਹਾਂ, ਜੇ ਤੁਹਾਡੀ ਇਜਾਜ਼ਤ ਹੋਵੇ। ਹਾਂ ਪੁੱਤ, ਇਹਦੇ ਵਿੱਚ ਇਜਾਜ਼ਤ ਵਾਲੀ ਕਿਹੜੀ ਗੱਲ? ਜਾ ਕਿਰਨ, ਅੰਦਰ ਲੈ ਕੇ ਜਾ ਦੀਦੀ ਨੂੰ। ਠੀਕ ਆ ਮੰਮੀ, ਆ ਜਾਓ।
ਹਾਂਜੀ ਦੱਸੋ ਕੀ ਗੱਲ ਕਰਨੀ ਸੀ ਤੁਸੀਂ? ਕਮਾਲ ਆ ਕੁੜੀਏ, ਤੂੰ ਤਾਂ ਭੋਰਾ ਵੀ ਨਹੀਂ ਘਬਰਾਈ, ਨਹੀਂ ਤਾਂ ਬੰਦਾ ਡਰ ਜਾਂਦਾ ਵੀ ਸਾਰਿਆਂ ਵਿੱਚੋਂ ਉਠਾ ਕੇ ਲੈ ਕੇ ਗਏ ਨੇ, ਪਤਾ ਨਹੀਂ ਕੀ ਗੱਲ ਕਰਨੀ ਆ। ਬਸ ਥੋੜ੍ਹੇ ਜਿਹੇ ਨਾ ਖੁੱਲ੍ਹੇ ਖਿਆਲਾਤਾਂ ਦੀਆਂ ਮੈਂ। ਦੱਸੋ ਕੀ ਪੁੱਛਣਾ ਤੁਸੀਂ? ਕਿੰਨਾ ਪੜ੍ਹੀ ਆ ਤੂੰ? BA ਕੀਤੀ ਆ ਜੀ। ਅੱਛਾ, BA ਕੀਤੀ ਆ, ਪੜ੍ਹਾਈ 'ਚ ਕਿੱਦਾਂ ਸੀ? ਹੁਸ਼ਿਆਰ ਸੀ। ਜੇ ਤੂੰ ਹੋਰ ਅੱਗੇ ਪੜ੍ਹਨਾ ਚਾਹੁੰਦੀ ਆ ਤਾਂ ਅਸੀਂ ਪੜ੍ਹਾ ਦੇਵਾਂਗੇ, ਅਸੀਂ ਵੀ ਖੁੱਲ੍ਹੇ ਖਿਆਲਾਤਾਂ ਦੇ ਹੀ ਹਾਂ। ਇਹ ਕੀ ਬੋਲੀ ਜਾਂਦੀ ਆ, ਪੜ੍ਹਨ ਨੂੰ ਗਾਹਾਂ ਮੈਂ ਨਿਆਣੀ ਹਾਂ, ਨਾਲੇ ਜੇ ਮੈਂ ਕੰਮ ਤੋਂ ਟਲਣ ਦੀ ਮਾਰੀ ਪੜ੍ਹਨ ਲੱਗ ਵੀ ਗਈ ਤਾਂ ਇਹਨਾਂ ਨੂੰ ਮੇਰੀ ਸਪਲੀ ਦਾ ਪਤਾ ਲੱਗ ਜਾਣਾ, ਮੇਰੀ ਤਾਂ ਅੱਗੇ ਮਸਾਂ ਜਾਣ ਛੁੱਟੀ ਆ, ਮੈਂ ਨਹੀਂ ਪੜ੍ਹਨਾ ਪੁੜਨਾ ਹੁਣ। ਕਿਹੜੇ ਖਿਆਲਾਂ 'ਚ ਖੋ ਗਈ? ਉਹ ਦੱਸ, ਤੇਰਾ ਅੱਗੇ ਪੜ੍ਹਾਈ 'ਚ ਕੋਈ ਇੰਟਰਸਟ ਹੈਗਾ ਵੀ ਆ ਕਿ ਨਹੀਂ? ਨਹੀਂ ਜੀ, ਮੇਰਾ ਕੋਈ ਇੰਟਰਸਟ ਨਹੀਂ, ਮੇਰਾ ਮਤਲਬ ਜੀ ਮੈਂ ਅੱਗੇ ਨਹੀਂ ਪੜ੍ਹਨਾ। ਦੇਖ ਕਿਰਨ, ਮੈਂ ਤਾਂ ਤੈਨੂੰ ਤਾਂ ਕਹਿੰਦੀ ਸੀ, ਮੇਰਾ ਦਿਓਰ ਪੜ੍ਹਿਆ ਲਿਖਿਆ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ, ਜੇ ਤੂੰ ਥੋੜ੍ਹਾ ਜਿਹਾ ਹੋਰ ਅੱਗੇ ਪੜ੍ਹ ਲਵੇਂਗੀ ਫਿਰ ਤੈਨੂੰ ਵੀ ਨੌਕਰੀ ਮਿਲ ਸਕਦੀ ਆ, ਨਹੀਂ ਤਾਂ ਜਿਹੜੀ ਤੂੰ ਆ BA ਕੀਤੀ ਆ ਨਾ, ਇਹ ਵੀ ਖੂਹ ਖਾਤੇ ਹੀ ਪੈ ਜਾਣੀ ਆ। ਜੀ ਮੈਂ BA ਤੱਕ ਹੀ ਸੋਚਿਆ ਸੀ ਅਤੇ ਉਨਾ ਕੁ ਮੈਂ ਪੜ੍ਹ ਲਈ, ਅਤੇ ਰਹੀ ਗੱਲ ਨੌਕਰੀ ਦੀ, ਉਹ ਮੈਂ ਕਰਨਾ ਹੀ ਨਹੀਂ ਚਾਹੁੰਦੀ। ਚੱਲ ਠੀਕ ਆ, ਜੇ ਤੂੰ ਨਹੀਂ ਕਰਨੀ ਨੌਕਰੀ ਨਾ ਕਰ, ਅਸੀਂ ਨਹੀਂ ਧੱਕਾ ਕਰਦੇ, ਪਰ ਤੇਰਾ ਘਰ ਦੇ ਕੰਮਾਂ 'ਚ ਕਿਵੇਂ ਹੱਥ ਆ? ਉਹ ਤਾਂ ਕਰ ਹੀ ਲੈਂਦੀ ਹੋਵੇਂਗੀ ਤੂੰ। ਹਾਂਜੀ, ਘਰ ਦੇ ਕੰਮ ਤਾਂ ਮੈਨੂੰ ਸਾਰੇ ਹੀ ਆਉਂਦੇ ਆ। ਕਰ ਤਾਂ ਸਾਰੇ ਹੀ ਲੈਂਦੇ ਨੇ, ਮੇਰਾ ਮਤਲਬ ਕੋਈ ਤਾਂ ਜੀ ਲਾ ਕੇ ਕੰਮ ਕਰਦਾ ਅਤੇ ਕੋਈ ਜੀ ਚਰਾ ਕੇ ਕੰਮ ਕਰਦਾ। ਤੂੰ ਕਿਵੇਂ ਕਰਦੀ ਆਂ, ਖੁਸ਼ ਹੋ ਕੇ ਕਰਦੀ ਆਂ ਕੰਮ? ਕੰਮ ਤਾਂ ਮੈਂ ਬਥੇਰਾ ਖੁਸ਼ ਹੋ ਕੇ ਕਰਦੀ ਹਾਂ, ਆਹ ਦੋਨੇ ਟਾਈਮ ਦਾ ਰੋਟੀ ਟੁੱਕ ਮੈਂ ਹੀ ਕਰਦੀ ਹਾਂ, ਭਾਬੀ ਨੂੰ ਨਹੀਂ ਮੈਂ ਹੱਥ ਲਾਉਣ ਦਿੰਦੀ, ਇੰਨਾ ਕੰਮ ਤਾਂ ਮੈਂ ਤੁਰੀ ਜਾਂਦੀ ਕਰ ਦਿੰਦੀ ਹਾਂ। ਉਹ ਰੋਜੀ ਪੁੱਤ, ਜੇ ਤੁਹਾਡੀਆਂ ਗੱਲਾਂ ਗੁੱਲਾਂ ਮੁੱਕ ਗਈਆਂ ਹੋਣ ਤਾਂ ਆ ਜਾਓ ਬਾਹਰ, ਆਪਾਂ ਕਾਰਜ ਵਿਹਾਰ ਕਰ ਲਈਏ, ਸ਼ਗਨ ਸ਼ੁਗਨ ਲਾ ਦਈਏ। ਹਾਂਜੀ, ਜਿਹੜਾ ਕੁਛ ਮੈਂ ਤੋਂ ਪੁੱਛਣਾ ਸੀ ਉਹ ਪੁੱਛ ਲਿਆ, ਗੱਲੀ ਬਾਤ ਹੀ ਕੁੜੀ ਮੈਨੂੰ ਚੰਗੀ ਲੱਗੀ, ਚਲੋ ਆਪਾਂ ਸ਼ਗਨ ਕਰ ਦਈਏ ਫਿਰ। ਭਾਈ ਖੜੀਆਂ ਕਿਉਂ? ਚਲੋ ਹੁਣ ਅੱਗੇ ਹੀ ਬਹੁਤ ਲੇਟ ਹੋ ਗਏ ਆਪਾਂ ਤਾਂ, ਚਲੋ ਸ਼ਗਨ ਕਰਦੇ ਹਾਂ ਆਪਾਂ। ਚਲੋ ਭੈਣ ਜੀ, ਹੁਣ ਤੁਸੀਂ ਵੀ ਆਪਣੇ ਸ਼ਗਨ ਵਿਹਾਰ ਕਰ ਲਓ। ਚਲ ਰੋਜੀ ਪੁੱਤ, ਚੁੰਨੀ ਚੜਾ। ਚਲ ਪੁੱਤ, ਹੁਣ ਪੱਲਾ ਫੜਾ ਦੇ ਤੇ ਕੁੜੀ ਨੂੰ ਤੋਰੋ, ਟਾਈਮ ਬਹੁਤ ਹੋਈ ਜਾਂਦਾ। ਹਾਂਜੀ ਹਾਂਜੀ ਚਾਚਾ ਜੀ, ਆ ਜਾਓ।
ਲਾਓ ਜੀ। ਕਿਉਂ ਕੀ ਹੋ ਗਿਆ? ਸਾਰੇ ਕੰਮ ਤਾਂ ਹੋ ਗਏ ਹੁਣ। ਉਹ ਸਾਰੇ ਕੰਮ ਨਹੀਂ ਹੋਏ ਹਜੇ ਜੀ, ਮਨਪ੍ਰੀਤ ਨੂੰ ਲੈਣ ਨਹੀਂ ਜਾਣਾ ਤੁਸੀਂ? ਉਹ ਹਾਂ ਸੱਚ, ਉਹ ਤਾਂ ਰਹਿ ਗਈ, ਮੈਂ ਲੈ ਕੇ ਆਉਣਾ ਮਨਪ੍ਰੀਤ ਨੂੰ। ਹਾਂਜੀ, ਉਹ ਇੱਕ ਮਿੰਟ ਨਾਲੇ ਗੱਲ ਸੁਣ ਕੇ ਜਾਓ। ਉਹ ਹੁਣ ਕੀ ਹੋ ਗਿਆ, ਜਾਂਦੇ ਨੂੰ ਆਵਾਜ਼ ਮਾਰ ਲਈ ਫੇਰ? ਤੁਸੀਂ ਨਾ ਮਨਪ੍ਰੀਤ ਨਾਲ ਹਜੇ ਗੱਲ ਨਾ ਕਰਿਓ, ਵੀ ਆਪਾਂ ਕਿਰਨ ਨੂੰ ਤੋਰਤਾ, ਉਹ ਐਵੇਂ ਮੂਡ ਖਰਾਬ ਕਰੂਗੀ। ਉਹ ਘਰੇ ਆਏਗੀ ਨਾ, ਮੈਂ ਆਪੇ ਗੱਲ ਕਰ ਲਾਂਗੀ। ਉਹ ਇੰਨੀ ਤਾਂ ਅਕਲ ਹੈਗੀ ਆ, ਕਿਹੜੀ ਗੱਲ ਕਰਨੀ ਆ ਕਿੱਥੇ ਨਹੀਂ ਕਰਨੀ, ਉਹ ਨਹੀਂ ਦੱਸਦਾ ਉਹਨੂੰ ਮੈਂ ਰਸਤੇ ਵਿੱਚ, ਘਰੇ ਆਏ ਨੂੰ ਦੱਸੂਗਾ, ਨਹੀਂ ਤਾਂ ਦੱਸਦਾ ਸਾਰੇ ਰਸਤੇ ਰੋਂਦੀ ਆਊਗੀ ਉਹ। ਹੁਣ ਦੱਸਣਾ ਤੇ ਮੈਨੂੰ ਹੀ ਪੈਣਾ ਉਹਨੂੰ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਉਹਨੂੰ ਕਿਵੇਂ ਦੱਸਾਂਗੀ। ਡੈਡੀ, ਮੁੰਡਾ ਕਿੱਦਾਂ ਦਾ ਲੱਗਿਆ? ਗੱਲ ਬਣ ਗਈ? ਡੈਡੀ ਦੱਸੋ ਤਾਂ ਸਹੀ। ਅਲ ਆ ਗਈ ਮਨਪ੍ਰੀਤ, ਮੈਂ ਹੁਣ ਜਾਣਾ ਮਾੜਾ ਜਾ। ਬੈਠ ਪੁੱਤ, ਮੈਂ ਤੇਰੇ ਲਈ ਪਾਣੀ ਲੈ ਕੇ ਆਉਂਦੀ ਹਾਂ। ਮੰਮੀ ਰੁਕੋ, ਪਹਿਲਾਂ ਮੰਮੀ ਮੈਨੂੰ ਇਹ ਦੱਸੋ, ਮੈਂ ਰਸਤੇ 'ਚ ਡੈਡੀ ਨੂੰ ਬਹੁਤ ਕੁਛ ਪੁੱਛਿਆ, ਪਰ ਡੈਡੀ ਨੇ ਮੈਨੂੰ ਕਿਸੇ ਗੱਲ ਦਾ ਵੀ ਨਹੀਂ ਜਵਾਬ ਦਿੱਤਾ। ਕੀ ਗੱਲ ਬਣੀ? ਤੂੰ ਰਹਿਣ ਵੀ ਦਿਆ ਕਰ ਉਹਨਾਂ ਦੀਆਂ ਗੱਲਾਂ ਪੁੱਛਣ ਤੋਂ, ਸਾਰਾ ਦਿਨ ਉਹਨਾਂ ਦੀ ਪੂਛ। ਤੂੰ ਬੈਠ, ਮੈਂ ਪਾਣੀ ਲੈ ਕੇ ਆਉਂਦੀ ਹਾਂ। ਮੰਮੀ, ਮੈਂ ਪਾਣੀ ਨਹੀਂ ਪੀਣਾ ਹੈਗਾ, ਤੁਸੀਂ ਮੈਨੂੰ ਇਹ ਦੱਸ ਦਿਓ ਵੀ ਹਾਂ ਹੋਈ ਆ ਕਿ ਨਾ ਹੋਈ ਆ। ਤਾਂ ਸੁਣ ਫਿਰ, ਹਾਂ ਹੋ ਗਈ ਅਤੇ ਨਾਲ ਹੀ ਤੋਰ ਵੀ ਦਿੱਤੀ। ਤੋਰ ਵੀ ਦਿੱਤੀ? ਮਤਲਬ ਉਹਦਾ ਵਿਆਹ ਕਰਕੇ ਉਹਨੂੰ ਨਾਲ ਭੇਜ ਵੀ ਦਿੱਤਾ? ਆਹੋ, ਤੋਰਤੀ ਆ। ਤੈਨੂੰ ਪਤਾ ਉਹਨੇ ਸਾਡੇ ਨਾਲ ਅੱਖ ਨਾਲ ਅੱਖ ਵੀ ਨਹੀਂ ਮਿਲਾਈ ਅਤੇ ਇੱਕ ਹੰਝੂ ਵੀ ਨਹੀਂ ਨਿਕਲਿਆ ਉਹਦਾ। ਨਹੀਂ ਤਾਂ ਵਿਦਾ ਹੋਣ ਲੱਗਿਆ ਨਾ ਕੁੜੀਆਂ ਮੱਲੋ ਮੱਲੀ ਰੋ ਪੈਂਦੀਆਂ ਨੇ। ਮੰਮੀ, ਉਹ ਸਾਰੀ ਗੱਲ ਛੱਡੋ, ਪਰ ਇੱਕਦਮ ਹੀ ਕੋਈ ਸ਼ਗਨ ਨਹੀਂ, ਕੋਈ ਕਾਰਜ ਨਹੀਂ, ਐਵੇਂ ਤੋਰਤੀ? ਉਹਦੀਆਂ ਆਦਤਾਂ ਸ਼ਗਨ ਕਰਾਉਣ ਵਾਲੀਆਂ ਹੈ ਨਹੀਂ ਸੀ, ਬਾਕੀ ਦੇ ਵੀ ਚਾਹੁੰਦਾ ਸੀ ਉਹਦਾ ਵਿਆਹ ਛੇਤੀ ਹੋ ਜਾਵੇ। ਉਹਨਾਂ ਨੂੰ ਸਹੀ ਲੱਗਿਆ ਅਤੇ ਉਹਨਾਂ ਨੇ ਕਰਤਾ, ਆਪਾਂ ਵਿੱਚ ਕੀ ਕਹਿ ਸਕਦੇ ਹਾਂ। ਅੱਛਾ, ਪਰ ਮੰਮੀ, ਮੇਰੀ ਤਾਂ ਵਿਆਹ ਦੇਖਣ ਵਾਲੀ ਰੀਝ ਵਿੱਚ ਹੀ ਰਹਿ ਗਈ। ਅੱਛਾ, ਮੈਨੂੰ ਇਹ ਦੱਸੋ, ਜੀਜਾ ਜੀ ਕਿੱਦਾਂ ਦੇ ਨੇ? ਹਾਂ, ਵਧੀਆ ਸੁਭਾਅ ਦਾ ਬੰਦਾ ਹੈ। ਅੱਛਾ, ਚਲੋ ਮੰਮੀ, ਜਦ ਮੁੜਦੀ ਗੱਡੀ ਹੋਊਗੀ ਨਾ, ਮੈਂ ਉਦੋਂ ਦੇਖੂੰਗੀ ਜੀਜਾ ਜੀ ਨੂੰ ਵੀ ਜੀਜਾ ਜੀ ਅਤੇ ਕਿਰਨ ਕਿੱਦਾਂ ਦੇ ਲੱਗਦੇ ਨੇ ਦੋਵੇਂ। ਮਨਪ੍ਰੀਤ, ਗੁੱਸਾ ਨਾ ਕਰੀ, ਤੈਨੂੰ ਕੱਲ੍ਹ ਵੀ ਅਸੀਂ ਨਾ ਮੂਹਰੇ ਨਹੀਂ ਕਰਨਾ, ਤੂੰ ਕੱਲ੍ਹ ਵੀ ਆਪਣੀ ਸਹੇਲੀ ਘਰੇ ਹੀ ਜਾਏਂਗੀ। ਮੰਮੀ, ਹੁਣ ਜੋ ਮਰਜ਼ੀ ਹੋ ਜਾਵੇ, ਕੱਲ੍ਹ ਮੁੜਦੀ ਗੱਡੀ 'ਚ ਨਾ ਮੈਂ ਵਿੱਚ ਹੀ ਬੈਠੀ ਹੋਊਂਗੀ, ਮੈਂ ਨਹੀਂ ਕਿਤੇ ਜਾਣਾ। ਜਿੱਦ ਨਾ ਕਰ ਮਨਪ੍ਰੀਤ, ਮਾਂ ਪਿਓ ਦੀ ਗੱਲ ਨਾ ਮੰਨੀ ਦੀ ਹੁੰਦੀ ਹੈ। ਮੰਮੀ, ਮੈਂ ਨਹੀਂ ਮੰਨਣੀ, ਮੈਂ ਇੱਕ ਵਾਰੀ ਗੱਲ ਮੰਨਣੀ ਸੀ ਨਾ ਤੁਹਾਡੀ, ਮੰਨ ਲਈ, ਹੁਣ ਤਾਂ ਮੈਂ ਆਪਣੀ ਜਿੱਦ ਕਰੂੰਗੀ, ਮੈਂ ਕੱਲ੍ਹ ਕਿਰਨ ਅਤੇ ਜੀਜਾ ਜੀ ਦੇ ਸਾਹਮਣੇ ਬੈਠੂੰਗੀ।